नमस्कार दोस्तों, मैं हूं सुरेश पठानिया और आप देख रहे हैं एक्टिव न्यूज। संगरूर के लोंगोवाल में हुए स्कूली बस हादसे में 4 बच्चों ने अपनी जान गंवा दी, जिसके चलते पुलिस विभाग हरकत में आया है व उच्च अधिकारियों के आदेशानुसार जगह जगह नाके लगाकर चालान किए जा रहे हैं, स्कूली बसों की चेकिंग की जा रही है। सुजानपुर पुलिस ने भी थाना प्रभारी भारत भूषण की अगुवाई में स्कूली बसों की चेकिंग की व चालान भी काटे। पेश है संबंधी हमारे सहयोगी पवन कोहली की एक रिपोर्ट। Like the video, subscribe to the channel and press the bell icon for latest video updates. ਲੌਂਗੋਵਾਲ ਵਿੱਚ ਸਕੂਲ ਬੱਸ ਨਾਲ ਜਿਹੜਾ ਇੰਸੀਡੈਂਟ ਹੋਇਆ ਸੀਗਾ, ਉਹਦੇ ਸੰਬੰਧ ਵਿੱਚ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਹਾਈਕੋਰਟ ਵੱਲੋਂ ਇੰਸਟਰਕਸ਼ਨਾਂ ਆਈਆਂ ਸੀਗੀਆਂ ਕਿ ਸਕੂਲ ਦੀਆਂ ਬੱਸਾਂ ਚੈੱਕ ਕੀਤੀਆਂ ਜਾਣ। ਇਹਨਾਂ ਨੂੰ ਜਿਹੜੀਆਂ ਸੇਫ ਵਾਹਣ ਵਾਸਤੇ ਇੰਸਟਰਕਸ਼ਨਾਂ ਜਾਰੀ ਕੀਤੀਆਂ ਸੀ, ਉਹਦੀ ਕੰਪਲਾਇੰਸ ਹੋਈ ਹੈ ਕਿ ਨਹੀਂ, ਉਹਦੇ ਸੰਬੰਧ ਵਿੱਚ ਅੱਜ ਬੱਸਾਂ ਚੈੱਕ ਕਰ ਦਿੱਤੀਆਂ ਹਾਂ ਸਕੂਲ ਦੀਆਂ। ਕਈਆਂ ਬੱਸਾਂ ਦੇ ਵਿੱਚ ਜਿਹੜੀਆਂ ਕੰਪਲਾਇੰਸ ਹੈ ਜਿਹੜੀ ਨਹੀਂ ਹੋਈ, ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ। ਅਤੇ ਪਤਾ ਲੱਗਾ ਸੀ ਕੁਛ ਬੱਸ ਡਰਾਈਵਰ ਆ ਜਿਹੜੇ ਬੱਚਿਆਂ ਨੂੰ ਸੁਜਾਨਪੁਰ ਫਾਟਕ ਤੋਂ ਪਿੱਛੇ ਉਤਾਰ ਕੇ ਬੱਸਾਂ ਸਾਈਡ 'ਤੇ ਲੈ ਛੱਡ ਕੇ ਖਾਲੀ ਕਰਾ ਰਹੇ ਸੀਗੇ। ਅਸੀਂ ਉਹ ਬੱਸਾਂ ਚੈੱਕ ਕਰਕੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰ ਰਹੇ।